ਐਸੀ ਸਹੇਲੀ ਨੂੰ ਬਈ ਡੇਟ ਤੇ ਲੈ ਜਾਣ ਦਾ ਕੀ ਫਾਇਦਾ, ਕੱਲੀ ਕੱਲੀ ਗੱਲ ਮੇਰੀ ਸੁਣੀ ਨਾ ਜੇ ਗੌਰ ਨਾਲ, ਫੇਰ ਨਿਸ਼ਾ ਬਾਨੋ ਦੇ ਗਾਉਣ ਦਾ ਕੀ ਫਾਇਦਾ। ਚੰਗਾ ਲੱਗੇ ਤਾਂ ਜੀ ਇੱਕ ਵਾਰੀ ਤਾੜੀ ਮਾਰ ਦੋ, ਤੁਹਾਡੀ ਜਿਹੜੀ ਤਾੜੀ ਹੈ ਨਾ ਜੀ ਸਾਡੇ ਲਈ ਇੱਕ ਖੁਰਾਕ ਹੈ। ਜਿੰਨੀਆਂ ਤੁਸੀਂ ਤਾੜੀਆਂ ਮਾਰੋਗੇ ਅਸੀਂ ਓਨੇ ਹੀ ਖੁੱਲ ਕੇ ਆਵਾਂਗੇ, ਜੇ ਸੁਸਤ ਜੇ ਬੈਠੇ ਰਹੋਗੇ ਤਾਂ ਮੈਂ ਵੀ ਸੁਸਤ ਜਾ ਹੀ ਗਾ ਦੂੰਗੀ। ਸਾਰੇ ਮੁੰਡੇ ਬੈਠੇ ਇੱਕ ਵਾਰੀ ਰੌਲਾ ਪਾ ਦੋ, ਪਤਾ ਤਾਂ ਲੱਗੇ ਮੁੰਡੇ ਬੈਠੇ ਨੇ। ਥੈਂਕ ਯੂ ਸੋ ਮਚ ਜੀ। ਗਾਣਾ ਆਇਆ ਸੀ ਜੀ ਮੇਰਾ ਮੈਂ ਛੱਡਤਾ, ਗੁੱਸਾ ਨਾ ਕਰਿਓ ਕਿਤੇ ਇਹ ਸੁਣ ਲਓ ਕਿ ਇਹਨੇ ਛੱਡਤਾ। ਸਾਰਿਆਂ ਦੀ ਪਹਿਲਾਂ ਤਾਂ ਗਰਲਫ੍ਰੈਂਡ ਹੋਣੀ ਆ, ਆਪਸ ਦੇ ਵਿੱਚ ਲੜਾਈਆਂ ਹੁੰਦੀਆਂ ਰਹਿਣੀਆਂ। ਤੁਹਾਡੇ ਨਾਲ ਵੀ ਕਦੇ ਹੋਇਆ ਹੋਣਾ ਕਿ ਤੁਹਾਡੀ ਸਹੇਲੀ ਨੇ ਕਹਿਤਾ ਉਹ ਅੱਛਾ ਤੂੰ ਮੇਰੇ ਉੱਤੇ ਸ਼ੱਕ ਕਰਦਾ ਜਾਂ ਮੈਂ ਤਾਂ ਤੈਨੂੰ ਛੱਡਤਾ, ਪਰ ਇੱਦਾਂ ਕਿੱਥਾ ਛੱਡਿਆ ਜਾਂਦਾ ਹੈ ਜੀ। ਲੜਾਈਆਂ ਝਗੜੇ ਤਾਂ ਪਿਆਰ ਦੇ ਵਿੱਚ ਹੁੰਦੇ ਰਹਿੰਦੇ ਆ, ਨਾਲੇ ਕਹਿੰਦੇ ਜਿੱਥੇ ਪਿਆਰ ਹੁੰਦਾ ਉੱਥੇ ਸ਼ੱਕ ਹੁੰਦਾ ਉੱਥੇ ਲੜਾਈ ਹੁੰਦੀ ਹੈ, ਤਾਂ ਇੱਦਾਂ ਦਾ ਗਾਣਾ ਜੀ ਮੇਰਾ। ਕਦੇ ਇੱਥੇ ਨਹੀਂ ਜਾਣਾ ਕਹਿੰਦੇ ਹੋ